अक्सर लोग पर्यावरण नाल जुड़न वास्ते वख-वख उपराले करदे ने, पर अज असीं तुहानूं इक ऐसी महिला नाल मिलाण जा रहे हां जिस वल्लों पर्यावरण नाल इस कदर तक जुड़िया गया कि उस दे वल्लों इक स्टोर जो है ऑर्गेनिक स्टोर खोलिया गया। ते तुसीं देख सकदे हो सब तों पहलां जो साडे इस टेबल दे अगे जो समान पिया होया उस दे विच चाहे पैन दी गल कर लईए, चाहे घरेलू समान दी गल कर लईए, चाहे आपां गल कर लईए उस दे विच वख-वख किस्मां दी गल कर लईए, तां हर इक किस्म दे नाल जे टूथ ब्रश दी गल कर लईए तां चीज तुसी देख सकते हो कि ऑर्गेनिक तरीके ना तैयार की गई है। इत्थे हर एक तरह दी जो चीजा ने इत्थे मिल रही ने, पर इस सारे विषय ते गल करने लई साडे नाल मौजूद ने पूनम शर्मा जी। जी पूनम जी, सब तो पहला स्वागत है थोड़ा जगबानी टीवी ते। नमस्कार जी। सब तो पहला ते ए दसो कि जेड़ा ऑर्गेनिक स्टोर तुसी खोलन दा उपराला कीता इह ਕਿਵੇਂ ਦਿਮਾਗ ਚ ਆਇਆ ਕਿ ਔਰਗੈਨਿਕ ਸਟੋਰ ਵੀ ਹੋਣਾ ਚਾਹੀਦਾ, ਕਿਉਂਕਿ ਅਕਸਰ ਵੱਖ ਵੱਖ ਤਰੀਕੇ ਦੇ ਸਟੋਰ ਵੇਖੇ ਜਾਂਦੇ ਨੇ, ਪਰ ਔਰਗੈਨਿਕ ਸਟੋਰ ਜਿਸ ਦੇ ਉੱਤੇ ਇਹੋ ਜਿਹਾ ਔਰਗੈਨਿਕ ਸਮਾਨ ਮਿਲਦਾ ਹੋਵੇ, ਇਹ ਚੀਜ਼ ਕਿਵੇਂ ਸੋਚੀ? ਮੈਂ ਕਾਫੀ ਸਾਲ ਬਿਮਾਰ ਰਹੀ ਸੀ, ਉਸ ਦੇ ਬਾਅਦ ਮੈਂ ਨੇਚਰ ਨਾਲ ਜੁੜ ਕੇ ਹੀ ਠੀਕ ਹੋਈ ਹਾਂ, ਕੁਦਰਤ ਦੇ ਨਾਲ। ਇਹ ਸਾਰਾ ਇੱਕ ਕੁਦਰਤ ਦੇ ਵੱਲੋਂ ਹੀ ਦਿੱਤਾ ਗਿਆ ਤੋਹਫਾ ਹੈ, ਔਰ ਮੇਰੇ ਮਨ ਚ ਆਇਆ ਕਿ ਜੇ ਕੁਦਰਤ ਨੇ ਮੈਨੂੰ ਪੁਨਰ ਜੀਵਨ ਦਿੱਤਾ ਤੇ ਕਿਉਂ ਨਾ ਮੈਂ ਵੀ ਕੁਛ ਕੁਦਰਤ ਲਈ ਕਰ ਲਵਾਂ, ਕਿਉਂਕਿ ਜੀਵਨ ਬਾਰ ਬਾਰ ਤੇ ਮਿਲਣਾ ਨਹੀਂ ਹੈ, ਇੱਕ ਵਾਰੀ ਮਿਲਿਆ ਤੇ ਚਲੋ ਅੱਛੇ ਕੰਮ ਕਰ ਲਈਏ। ਉਹਦੇ ਲਈ ਸਭ ਤੋਂ ਪਹਿਲੇ ਮੈਂ ਮਿਲਟਸ ਦੀ ਗੱਲ ਕਰਾਂਗੀ ਕਿ ਸਾਡੇ ਮਾਨਯ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਇਹੀ ਚੀਜ਼ ਕਹੀ ਹੈ ਕਿ 2023 ਨੂੰ ਮਿਲਟਸ ਈਅਰ ਘੋਸ਼ਿਤ ਕਰ ਦਿੱਤਾ ਹੈ, ਔਰ ਗ੍ਰੇਨਸ ਨਾਲ ਹੀ ਅਸੀਂ ਬਿਮਾਰ ਹੋ ਰਹੇ ਹਾਂ। ਅੱਜ ਸਾਡਾ ਖਾਣ ਪੀਣ ਜਿਹੜਾ ਆ ਉਹੀ ਗਲਤ ਹੈ, ਅਗਰ ਖਾਣ ਪੀਣ ਠੀਕ ਹੋ ਜਾਏ ਤੇ ਮੇਰਾ ਵਿਸ਼ਵਾਸ ਹੈ ਕਿ ਅਸੀਂ ਠੀਕ ਹੋ ਸਕਨੇ। ਉਹਦੇ ਵਿੱਚ ਸਾਡੇ ਡਾਕਟਰ ਖਾਦਰ ਵਲੀ ਹੈ ਜਿਹੜੇ ਸਾਊਥ ਤੋਂ ਆ, PhD ਹੈ, ਉਹਨਾਂ ਨੇ ਅਨਾਜ ਨੂੰ ਹੀ ਪਹਿਲ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕੋਈ ਬਿਮਾਰ ਹੋਏ ਉਹਦਾ ਇਲਾਜ ਕਰੀਏ ਨਹੀਂ, ਉਹਨੂੰ ਖਾਣਾ ਹੀ ਏਦਾਂ ਦਾ ਖਾਣਾ ਚਾਹੀਦਾ ਕਿ ਜਿਹੜਾ ਉਹ ਬਿਮਾਰ ਹੋਏ ਹੀ ਨਾ। ਉਹਦੇ ਵਿੱਚ ਉਹਨਾਂ ਨੇ ਅਨਾਜ ਨੂੰ 3 ਭਾਗਾਂ ਦੇ ਵਿੱਚ ਵੰਡ ਦਿੱਤਾ। ਸਭ ਤੋਂ ਪਹਿਲੇ ਉਹਨਾਂ ਨੇ ਕਣਕ ਔਰ ਚਾਵਲ ਨੂੰ ਨੈਗੇਟਿਵ ਦਰਜਾ ਦੇ ਦਿੱਤਾ, ਕਿਉਂਕਿ ਕਣਕ ਦੇ ਵਿੱਚ ਗਲੂਟਨ ਹੈ, ਚਾਵਲਾਂ ਦੇ ਵਿੱਚ ਜਿਹੜੀ ਆ ਉਹ ਸ਼ੂਗਰ ਹੈ। ਔਰ ਉਸਦੇ ਬਾਅਦ ਆ ਗਏ ਨਿਊਟਰਲ ਫੂਡ। ਨਿਊਟਰਲ ਫੂਡ ਦੇ ਵਿੱਚ ਆਏ ਸੀ ਰਾਗੀ, ਬਾਜਰਾ, ਜਵਾਰ, ਮੱਕੀ। ਉਹਨਾਂ ਨੇ ਕਿਹਾ ਕਿ ਇਹ ਨਿਊਟਰਲ ਹੈ, ਕਿ ਇਹ ਬਿਮਾਰ ਨੂੰ ਚਾਹੇ ਠੀਕ ਨਾ ਕਰਨਗੇ ਬਟ ਠੀਕ ਨੂੰ ਠੀਕ ਰਹਿਣ ਦਿੰਦੇ, ਕਿਉਂਕਿ ਸਾਨੂੰ ਪਤਾ ਸਾਡੇ ਪੁਰਖੇ ਜਿੰਨਾ ਵੀ ਜੀਵਨ ਜਿੰਦੇ ਸੀ ਨਾ ਉਹ ਬੜੇ ਅੱਛੇ ਤਰੀਕੇ ਨਾਲ ਜਿੰਦੇ ਸੀ ਔਰ ਸਵਸਥ ਰਹਿੰਦੇ ਸੀ। ਉਸਦੇ ਬਾਅਦ ਆ ਗਿਆ ਪੋਜ਼ਿਟਿਵ ਗ੍ਰੇਨਸ। ਪੋਜ਼ਿਟਿਵ ਗ੍ਰੇਨਸ ਜਿਹੜੇ ਆ ਉਹ ਇਹਨਾਂ ਨੇ ਮਿਲਟ ਜਿਹੜੇ ਆ 5 ਤਰ੍ਹਾਂ ਦੇ ਸ਼੍ਰੀ ਧਾਨੀਆਂ ਅਨਾਜ ਹੈ ਜਿਹਦੇ ਵਿੱਚ ਹੈ ਕੋਦਰਾ, ਕੰਗਨੀ, ਕੁਟਕੀ, ਸਵਾਂਗ ਤੇ ਹਰੀ ਕੰਗਨੀ। ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਇਹ ਅਨਾਜ ਖਾਂਦੇ ਹੋ ਤੇ ਤੁਸੀਂ ਅਗਰ ਬਿਮਾਰ ਹੋ ਤੇ ਠੀਕ ਹੋ ਜਾਓਗੇ, ਜੇ ਠੀਕ ਹੋ ਤੇ ਬਿਮਾਰ ਨਹੀਂ ਹੋਵੋਗੇ। ਇਹਦੇ ਲਈ ਇਹ ਮੈਂ ਆਪਣੇ ਘਰ ਦੇ ਵਿੱਚ ਵਰਤੇ। ਜਦੋਂ ਮੈਂ ਨੈਚੁਰਲਪੈਥੀ ਮੈਡੀਸਨ ਖਾਂਦੀ ਸੀ ਤੇ ਠੀਕ ਰਹਿੰਦੀ ਸੀ, ਬੜੀ ਅੱਛੀ ਸੀ, ਮਗਰ ਜਦੋਂ ਮੈਂ ਛੱਡਦੀ ਸੀ ਤੇ ਫਿਰ ਬਿਮਾਰ ਹੋ ਜਾਂਦੀ ਸੀ। ਫਿਰ ਮੇਰੇ ਮਨ 'ਚ ਇਹ ਚੀਜ਼ ਆਈ ਵੀ ਹਾਂ ਵਾਕਈ ਸਾਡਾ ਖਾਣਾ ਜਿਹੜਾ ਉਹ ਗਲਤ ਹੈ, ਔਰ ਉਹ ਖਾਣ ਨਾਲ ਮੈਂ ਠੀਕ ਹੋਈ। ਠੀਕ ਹੋ ਕੇ ਫਿਰ ਮੈਂ ਸੋਚਿਆ ਕਿ ਇਹੀ ਚੀਜ਼ ਮੈਂ ਬਾਹਰ ਦੁਨੀਆਂ ਦੇ ਵਿੱਚ ਲੈ ਕੇ ਆਵਾਂ ਔਰ ਇਹਦੇ ਲਈ ਮਿਹਨਤ ਕਰੀਏ ਅਸੀਂ। ਇਸ ਚੀਜ਼ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਸਟੋਰ ਜੋ ਤੁਹਾਡੇ ਵੱਲੋਂ ਖੋਲਿਆ ਗਿਆ ਹੈ ਸਟੋਰ? ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਮੈਨੂੰ ਵੈਸੇ ਵੀ ਪਰਿਆਵਰਨ ਨਾਲ ਬਹੁਤ ਪ੍ਰੇਮ ਹੈ। ਮੈਂ ਮੋਸਟਲੀ ਇਸ ਸਟੋਰ ਦੇ ਵਿੱਚ ਬਾਇਓਡੀਗ੍ਰੇਡੇਬਲ ਪ੍ਰੋਡਕਟਸ ਰੱਖੇ ਹੋਏ ਹੈ ਜਿਹੜੇ ਕਿ ਜਦੋਂ ਅਸੀਂ ਇਸਤੇਮਾਲ ਕਰੀਏ ਤਾਂ ਵੀ ਤੰਗ ਨਾ ਕਰਨ ਜਾਂ ਕੋਈ ਪ੍ਰੋਬਲਮ ਸਾਈਡ ਇਫੈਕਟ ਨਾ ਦੇਣ, ਜਦੋਂ ਅਸੀਂ ਉਹਨੂੰ ਸੁੱਟੀਏ ਤੇ ਉਹ ਪਰਿਆਵਰਨ ਨੂੰ ਵੀ ਤੰਗ ਨਾ ਕਰਨ। ਇਸ ਦੇ ਨਾਲ ਪੂਨਮ ਜੀ ਇੱਕ ਚੀਜ਼ ਹੋਰ ਆਪਾਂ ਇੱਥੇ ਦੇਖ ਰਹੇ ਹਾਂ ਕਿ ਜੇ ਗੱਲ ਮੱਛਰਦਾਨੀ ਦੀ ਕਰ ਲਈਏ ਜਾਂ ਪੈਨ ਦੀ ਕਰ ਲਈਏ, ਪੈਨਸਲ ਦੀ ਗੱਲ ਕਰ ਲਈਏ, ਤਾਂ ਹਰ ਇੱਕ ਚੀਜ਼ ਜੋ ਆ ਬਾਜ਼ਾਰ ਨਾਲੋਂ ਅਲੱਗ ਹੈਗੀ ਆ। ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਹ ਚੀਜ਼ਾਂ ਵੱਖ ਵੱਖ ਰੰਗਾਂ ਦੀਆਂ ਹੁੰਦੀਆਂ ਨੇ, ਪਲਾਸਟਿਕ ਯੂਜ਼ਡ ਹੁੰਦੀਆਂ ਨੇ, ਪਰ ਇਹ ਚੀਜ਼ ਕਿਵੇਂ ਤਿਆਰ ਕੀਤੀ ਗਈ? ਇਹ ਜੋ ਇੱਕ ਪੈਨ ਹੀ ਆਪਾਂ ਦੇਖ ਰਹੇ ਹਾਂ ਇਹ ਕਿਸ ਚੀਜ਼ ਦਾ ਤਿਆਰ ਹੋਇਆ ਪੈਨ ਹੈਗਾ? ਜੀ ਇਹ ਨਾ ਇੱਕ ਪੈਨ ਹੈ ਔਰ ਇੱਕ ਪੈਨਸਲ ਹੈ, ਦੋਨੋਂ ਨਾ ਪੇਪਰ ਤੋਂ ਬਣੀਆਂ ਹੋਈਆਂ, ਕਿਉਂਕਿ ਬਹੁਤ ਸਾਰਾ ਪੇਪਰ ਸਾਡਾ ਜਿਹੜਾ ਉਹ ਅਸੀਂ ਦੇਖ ਹੀ ਰਹੇ ਹਾਂ ਕਿ ਨਦੀਆਂ ਨਾਲਿਆਂ 'ਚ ਸੁੱਟਦੇ ਆ ਜਿਹੜਾ ਵੇਸਟ ਹੁੰਦਾ। ਉਹਦੇ ਲਈ ਉਹਨਾਂ ਨੇ ਇਹ ਪੈਨ ਬਣਾਏ ਆ ਔਰ ਪੈਨਸਲ ਬਣਾਈ ਹੈ ਉਸ ਵੇਸਟ ਪੇਪਰ ਤੋਂ,
कि ए असी इस्तेमाल करिए तां भी सेफ है, जदो धरती च जाएगा तां भी सेफ है। इवन एदे उत्ते उना ने देखो जिस चीज दा बीज विच पाया ओही लिख दिता है कि तुसी इनु इस्तेमाल किता, इनु सुट दिता। एने पर्यावरण दे विच कोई ना कोई पौधा उगा देना, जदो पौधा उगाता ते पर्यावरण आपे जेड़ा ओ लहर लहराएगा। मतलब कह सकते हैं कि पेन पेंसिल दे विच भी जेड़े आ जो एक बीज हैगे ने जो पौधे उगाणगे हुण। हाँ बिलकुल बिलकुल, क्योंकि मैं हर काम दे विच प्रकृति नु ही देखदी हां। पूनम जी, इस दे नाल नाल होर की कुछ पिया होया, जरूर जेड़े साडे दर्शक देख रहे ने उन्हां नू पता चल सके कि केड़ी केड़ी चीज जो आ मार्केट दे विच आ चुकी आ ऑर्गेनिक तरीके दी, क्योंकि हर कोई गल्लां तां करदा ऑर्गेनिक पर ओह चीजां ऑर्गेनिक मिलदियां नहीं। पर तुसी इत्थे कली कली चीज दा जो वेरवा दे रहे हो कि आ चीज दी बनी आ, आ चीज ए प्रोडक्ट दी बनी, की चीजा होर हैगियां ने। हां जी, जिवें ऐ देखो टंग क्लीनर है, ਇਹ ਵੀ ਲੱਕੜੀ ਦਾ ਆ, ਬਾਂਸ ਤੋਂ ਬਣਿਆ ਹੋਇਆ ਹੈ। ਔਰ ਮੈਂ ਤੁਹਾਨੂੰ ਦਿਖਾਨੀ ਆ ਜੀ, ਇਹ ਹੈਗੇ ਆ ਬਾਂਸ ਤੋਂ ਬਣੇ ਹੋਏ ਬ੍ਰਸ਼, ਠੀਕ ਹੈ। ਉਸ ਦੇ ਬਾਅਦ ਆ ਗਿਆ ਇਹ ਹੈਗਾ ਸੋਪ ਕੇ ਸਾਬਣਦਾਨੀ, ਹੈ ਨਾ। ਉਸ ਤੋਂ ਬਾਅਦ ਆ ਗਿਆ ਸਕ੍ਰਬਰ, ਬਾਡੀ ਸਕ੍ਰਬ, ਜਿਹੜਾ ਕਿ ਸਾਡੇ ਪੁਰਖੇ ਵੀ ਤੋਰੀਆਂ ਘੀਆ ਤੋਰੀ ਔਰ ਜੇ ਲੋਕੀ ਵਗੈਰਾ ਜਦੋਂ ਸੁੱਕ ਜਾਂਦੀਆਂ ਸੀ ਨਾ, ਉਹਨਾਂ ਤੋਂ ਇਹ ਤਿਆਰ ਕਰਦੇ ਸੀ, ਜੋ ਕਿ ਸਾਡੀ ਬੋਡੀ ਨੂੰ ਹਾਰਮ ਨਹੀਂ ਪਹੁੰਚਾਉਣਗੀਆਂ। ਪਰ ਅੱਜ ਕੱਲ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ। ਨਹੀਂ, ਐਕਚੁਲੀ ਹੈਗਾ ਤੇ ਹੈ, ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਨਾ। ਮਿਲਦਾ ਤੇ ਸਭ ਕੁਛ ਹੈ, ਨਥਿੰਗ ਇਜ਼ ਇੰਪੋਸੀਬਲ, ਐਵਰੀਥਿੰਗ ਇਜ਼ ਪੋਸੀਬਲ, ਲੇਕਿਨ ਉਹਨੂੰ ਦੇਖਣ ਲਈ ਥੋੜਾ ਜਿਹਾ ਪੁਰਸ਼ਾਰਥ ਤੇ ਕਰਨਾ ਹੀ ਪਏਗਾ ਨਾ। ਉਸਦੇ ਬਾਅਦ ਦੇਖੋ ਇਹ ਮੋਸਕੀਟੋ ਕੋਇਲ ਹੈ। ਮੋਸਕੀਟੋ ਕੋਇਲ ਸਾਨੂੰ ਪਤਾ, ਅਸੀਂ ਅੱਜ ਗੁੱਡ ਨਾਈਟ ਵਗੈਰਾ ਇਹ ਚੀਜ਼ਾਂ, ਹੈ ਨਾ, ਚਲੋ ਕੀ ਨਾਮ ਲੈਣਾ ਨਾ ਚੀਜ਼ਾਂ ਦਾ, ਉਹ ਚੀਜ਼ਾਂ ਇਸਤੇਮਾਲ ਕਰਨੇ ਆ। ਨੋ ਡਾਊਟ ਕਿ ਉਹ ਸਾਹ ਦੇ ਰਾਹੀਂ ਸਾਡੇ ਅੰਦਰ ਜਾਂਦੀਆਂ। ਜੇ ਉਹ ਮੱਛਰ ਨੂੰ ਮਾਰਦੀਆਂ ਜਾਂ ਦੜਾਂਦੀਆਂ ਤੇ ਕੀ ਉਹ ਸਾਡੇ ਅੰਦਰ ਵੀ ਤੇ ਜਾਣਗੀਆਂ ਨਾ, ਹੈ ਨਾ। ਇਸ ਦੇ ਬਾਅਦ ਏਦਾਂ ਹੀ ਇੱਕ ਧੂਫ ਹੈ ਜੀ, ਇਹ ਦੇਖੋ ਧੂਫ ਜਿਹੜਾ ਇਹ ਦੇਸੀ ਗਾਂ ਦੇ ਗੋਬਰ ਤੋਂ ਔਰ ਹਵਨ ਸਮੱਗਰੀ ਤੋਂ ਬਣਿਆ ਹੋਇਆ ਹੈ, ਜੋ ਕਿ ਦੇਸੀ ਗਾਂ ਦੇ ਗੋਬਰ ਦੇ ਵਿੱਚ ਬਹੁਤ ਸਾਰੀ ਆਕਸੀਜਨ ਹੈ। ਅਗਰ ਪਰਿਆਵਰਨ ਨੂੰ ਸ਼ੁੱਧ ਕਰ ਸਕਦਾ ਤੇ ਅੱਜ ਮਾਤਰ ਦੇਸੀ ਗਾਂ ਦਾ ਗੋਬਰ ਜਾਂ ਦੇਸੀ ਗਾਂ ਹੀ ਕਰ ਸਕਦੀ ਹੈ, ਇਹ ਮੇਰਾ ਮਨ ਵਿਸ਼ਵਾਸ ਹੈ। ਔਰ ਇਹਨੂੰ ਸਾਇੰਸ ਨੇ ਵੀ ਅਥੈਂਟਿਕ ਕਹਿ ਦਿੱਤਾ ਹੈ ਕਿ ਇਸ ਦੇ ਵਿੱਚ ਬਹੁਤ ਸਾਰੀ ਆਕਸੀਜਨ ਹੁੰਦੀ ਹੈ, ਜੋ ਕਿ ਸਾਡੇ ਪਰਿਆਵਰਨ ਨੂੰ ਸ਼ੁੱਧ ਕਰਦੀ ਹੈ। ਇਸ ਦੇ ਨਾਲ ਨਾਲ ਇੱਕ ਚੀਜ਼ ਹੋਰ ਹੈਗੀ ਹੈ ਕਿ ਤੁਹਾਡੇ ਸਟੋਰ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੀ ਕੁਛ ਇਹੋ ਜਿਹਾ ਖਾਸ ਹੈਗਾ ਆ ਜੋ ਮੌਜੂਦ, ਜੋ ਬਾਹਰ ਨਹੀਂ ਮਿਲ ਸਕਦਾ, ਅਗਰ ਕੋਈ ਲੈਣਾ ਵੀ ਚਾਹੇ ਤਾਂ ਉਹਨੂੰ ਸਪੈਸ਼ਲੀ ਤੁਹਾਡੇ ਕੋਲ ਹੀ ਆਉਣਾ ਪਊਗਾ? ਹਾਂਜੀ, ਇਹ ਦੇਖੋ ਇਹ ਨਾ ਪਾਮ ਜੈਗਰੀ ਹੈ, ਇਹ ਸਾਊਥ ਤੋਂ ਆਉਂਦਾ ਹੈ ਔਰ ਬਹੁਤ ਬੈਨੀਫਿਸ਼ੀਅਲ ਹੈ ਸਾਡੀ ਹੈਲਥ ਲਈ। ਔਰ ਜਿਵੇਂ ਬੱਚੇ ਟੌਫੀਆਂ ਖਾਂਦੇ ਆ, ਹੈ ਨਾ, ਤੇ ਟੌਫੀਆਂ ਤੇ ਬਹੁਤ ਨੁਕਸਾਨਦਾਇਕ ਹੈ। ਪੇਰੈਂਟਸ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਨਾ, ਜਿਹੜੇ ਖੁਦ ਨੈਚੁਰਲ ਜਾਂ ਔਰਗੈਨਿਕ ਖਾਣਾ ਖਾ ਰਹੇ ਆ, ਉਹ ਇਹ ਦੇਖਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਗਲਤ ਚੀਜ਼ਾਂ ਨਾ ਦਈਏ। ਉਹ ਕੀ ਕਰਦੇ ਆ, ਫਿਰ ਛੋਟੇ ਛੋਟੇ ਪੀਸ ਕਰਕੇ ਐਜ਼ ਏ ਕੈਂਡੀ ਬਣਾ ਲੈਂਦੇ ਆ ਔਰ ਉਹ ਕੈਂਡੀ ਆਪਣੇ ਬੱਚਿਆਂ ਨੂੰ ਟਿਫਨ ਚ ਪਾ ਦਿੰਦੇ ਆ। ਵੈਸੇ ਸਾਡੇ ਕੋਲ ਕੈਂਡੀ ਹੈ, ਮੈਂ ਤੁਹਾਨੂੰ ਹੁਣੇ ਦਿਖਾਉਂਦੀ ਹਾਂ, ਜਿਹੜੀ ਕਿ ਔਸ਼ਧੀ ਕੈਂਡੀ ਹੈ, ਇਹਦੇ ਵਿੱਚ ਅਲੱਗ ਅਲੱਗ ਫਲੇਵਰ ਹੈ, ਦੇਸੀ ਖਾਂਡ ਤੋਂ ਬਣੀ ਹੋਈ ਹੈ, ਕਿਸੇ ਦੇ ਵਿੱਚ ਸੌਂਫ ਦਾ ਫਲੇਵਰ ਹੈ, ਕਿਸੇ ਚ ਗੁਲਾਬ ਦਾ, ਕਿਸੇ ਚ ਅਦਰਕ ਦਾ। ਕਿ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਕਿ ਬੱਚਿਆਂ ਨੂੰ ਨੁਕਸਾਨ ਪਹੁੰਚਾਏਗੀ। ਪੂਨਮ ਜੀ, ਇਹ ਸਾਰੀਆਂ ਚੀਜ਼ਾਂ ਚਲੋ ਆਪਾਂ ਦੇਖ ਰਹੀਆਂ, ਬਹੁਤ ਵਧੀਆ ਨੇ। ਕਿ ਇਹ ਜੋ ਤੁਸੀਂ ਪ੍ਰੋਡਕਟ ਇੱਥੇ ਦੇ ਰਹੇ ਹੋ ਕਿ ਬਿਲਕੁਲ ਹੀ ਔਰਗੈਨਿਕ ਦੀ ਗੱਲ ਕਰ ਲਈ ਆਪਾਂ, ਕਿ ਇਹ ਚੀਜ਼ਾਂ ਹੋਰ ਵੀ ਕਿਤੇ ਮਿਲਦੀਆਂ ਜਾਂ ਅੰਮ੍ਰਿਤਸਰ ਦੇ ਵਿੱਚ ਕੱਲਾ ਤੁਸੀਂ ਹੀ ਇਹ ਸਟੋਰ ਓਪਨ ਕੀਤਾ? ਨਹੀਂ, ਇਹ ਨਾ ਖੇਤੀ ਵਿਰਾਸਤ ਮਿਸ਼ਨ ਤੋਂ ਹੈਗੇ ਆ ਸਾਡੇ ਸਟੋਰ, ਇਹ ਆਲ ਇੰਡੀਆ ਲੈਵਲ ਤੇ ਹੀ ਖੁੱਲੇ ਹੋਏ ਹੈ, ਹਰ ਸਿਟੀ ਦੇ ਵਿੱਚ ਖੁੱਲੇ ਹੋਏ ਹੈ। ਔਰ ਇਹਨਾਂ ਨੂੰ ਜਿਹੜਾ ਹੈਂਡਲ ਹੈ ਨਾ, ਉਹ ਅਸੀਂ ਤੇ ਕਰ ਹੀ ਰਹੇ ਹਾਂ, ਲੇਕਿਨ ਸਾਡੇ ਵਿੱਚ ਸਪੋਰਟ ਜਿਹੜੀ ਹੈ ਨਾ, ਉਹ ਖੇਤੀ ਵਿਰਾਸਤ ਮਿਸ਼ਨ ਦੇ ਜਿਹੜੇ ਡਾਇਰੈਕਟਰ ਹੈ ਉਹ ਹੈਗੇ ਆ ਸ਼੍ਰੀ ਉਮੇਂਦਰ ਦੱਤ ਜੀ, ਜਿਹੜੇ ਕਿ ਬਹੁਤ ਸਪੋਰਟ ਕਰ ਰਹੇ ਆ ਸਾਨੂੰ ਔਰ ਲੋਕਾਂ ਨੂੰ ਔਰਗੈਨਿਕ ਵੱਲ ਲੈ ਕੇ ਜਾ ਰਹੇ ਆ। ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੂੰ ਅਸੀਂ ਵੀ ਉਹਨਾਂ ਦੇ ਸਹਿਯੋਗ ਦੇ ਨਾਲ
ਲੋਕਾਂ ਨੂੰ ਆਰਗੈਨਿਕ ਵੱਲ ਲੈ ਕੇ ਜਾ ਰਹੇ ਹਾਂ ਕਿ ਅੱਜ ਧਰਤੀ ਸਾਡੀ ਜਿਹੜੀ ਬਿਮਾਰ ਹੈ ਕਮ ਸੇ ਕਮ ਪਹਿਲੇ ਆਪਣੀ ਮਾਂ ਨੂੰ ਤੇ ਅਸੀਂ ਤੰਦਰੁਸਤ ਕਰੀਏ ਆਪਣੀ ਧਰਤੀ ਨੂੰ ਤੰਦਰੁਸਤ ਕਰਾਂਗੇ ਤੇ ਉਹੀ ਫਸਲਾਂ ਤੰਦਰੁਸਤ ਉੱਗਣਗੀਆਂ ਤੰਦਰੁਸਤ ਉੱਗਣਗੀਆਂ ਤੇ ਅਸੀਂ ਵੀ ਤੰਦਰੁਸਤ ਹੋਵਾਂਗੇ ਆਪਾਂ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਦੇ ਨਾਲ ਅਗਰ ਤੁਸੀਂ ਸਟੋਰ ਖੋਲਿਆ ਤੇ ਇਸ ਦੇ ਪਿੱਛੇ ਖਾਸ ਤੌਰ ਤੇ ਸਰਕਾਰ ਦਾ ਵੀ ਹੱਥ ਹੈਗਾ ਕਿ ਸਰਕਾਰਾਂ ਵੀ ਚਾਹੁੰਦੀਆਂ ਕਿ ਆਰਗੈਨਿਕ ਚੀਜ਼ਾਂ ਨੂੰ ਜੋ ਆ ਵਾਧਾ ਮਿਲੇ ਇਹ ਚੀਜ਼ਾਂ ਜ਼ਿਆਦਾ ਜੋ ਆ ਲੋਕਾਂ ਦੇ ਵਿੱਚ ਜਾਣ ਬਿਲਕੁਲ ਸਪੋਰਟ ਕਰਨੀ ਵੀ ਚਾਹੀਦੀ ਹੈ ਨਾ ਕਿਉਂਕਿ ਸਭ ਨੂੰ ਤੰਦਰੁਸਤੀ ਤੇ ਸਭ ਨੂੰ ਹੀ ਪਿਆਰੀ ਹੈ ਚਾਹੇ ਉਹ ਸਰਕਾਰਾਂ ਚਾਹੇ ਉਹ ਪਬਲਿਕ ਹੈ ਲੇਕਿਨ ਅਵੇਅਰਨੈਸ ਜ਼ਰੂਰੀ ਹੈ ਮੈਂ ਤੇ ਇਹੀ ਕਹਾਂਗੀ ਵੀ ਸਰਕਾਰਾਂ ਇੰਨਾ ਕੁ ਸਪੋਰਟ ਕਰਨ ਸਾਡੀ ਕਿ ਅਸੀਂ ਵੱਧ ਤੋਂ ਵੱਧ ਆਰਗੈਨਿਕ ਹੀ ਉਗਾਈਏ ਆਰਗੈਨਿਕ ਹੀ ਖਾਈਏ ਤੇ ਆਰਗੈਨਿਕ ਹੀ ਵੰਡੀਏ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਵੱਖ ਵੱਖ ਤਰ੍ਹਾਂ ਦੀਆਂ ਜੋ ਚੀਜ਼ਾਂ ਇੱਥੇ ਮੌਜੂਦ ਨੇ ਉਹ ਵੀ ਆਰਗੈਨਿਕ ਕਿਉਂਕਿ ਅਕਸਰ ਜੋ ਗੱਲ ਕਰ ਲਈ ਕਿ ਲੋਕ ਆਰਗੈਨਿਕ ਨਾਮ ਦੇ ਉੱਤੇ ਕਈ ਲੋਕ ਜੋ ਠੱਗੀ ਠੋਰੀ ਵੀ ਕਰਦੇ ਹੋਏ ਦਿਖਾਈ ਦਿੰਦੇ ਨੇ ਇੱਕ ਚੀਜ਼ ਹੋਰ ਪੂਨਮ ਜੀ ਇਸ ਚੀਜ਼ ਤੇ ਹੋਰ ਤੁਹਾਡੇ ਕੋਲ ਸਵਾਲ ਲਵਾਂਗੇ ਕਿ ਕਈ ਵਾਰ ਦੇਖਣ ਨੂੰ ਮਿਲਦਾ ਕਿ ਜੋ ਲੋਕ ਆਰਗੈਨਿਕ ਤੌਰ ਤੇ ਕਹਿਣ ਤੇ ਠੱਗੀ ਠੋਰੀ ਵੀ ਕਰਦੇ ਆ ਕਿ ਇਹ ਚੀਜ਼ ਆਰਗੈਨਿਕ ਹੈਗੀ ਇਹ ਚੀਜ਼ ਲੈ ਲਓ ਕਿ ਉਸ ਚੀਜ਼ ਦੀ ਵੀ ਕੋਈ ਪਛਾਣ ਹੁੰਦੀ ਹੈ ਨਹੀਂ ਐਕਚੁਅਲੀ ਇੱਕ ਤਾਂ ਸਮੈਲ ਵੀ ਦੱਸਦੀ ਹੈ ਦੂਸਰਾ ਸਾਡੇ ਨਾਲ ਸਾਡੇ ਵਰਲਡ ਲੈਵਲ ਤੇ ਗਰੁੱਪ ਬਣੇ ਹੋਏ ਹੈ ਬਹੁਤ ਸਾਰੇ ਮਿਲਟਸ ਕੁਕਿੰਗ ਗਰੁੱਪ ਹੈ ਫਿਰ ਸਵਦੇਸ਼ੀ ਗਰੁੱਪ ਹੈ ਪੇੜ ਨਹੀਂ ਹਮ ਪ੍ਰਾਣ ਲਗਾਵੋ ਗਰੁੱਪ ਹੈ ਉਸ ਗਰੁੱਪ ਦੇ ਵਿੱਚ ਜਦੋਂ ਸਾਡੀ ਐਡਵਰਟਾਈਜ਼ਮੈਂਟ ਹੁੰਦੀ ਹੈ ਸਾਡੇ ਸਟੋਰ ਦਾ ਤੁਸੀਂ ਕਿਸੇ ਵੀ ਵਰਲਡ ਦੇ ਕਿਸੇ ਵੀ ਕਿਨਾਰੇ ਬੈਠੇ ਹੋ ਨਾ ਅਗਰ ਤੁਸੀਂ ਖੇਤੀ ਵਿਰਾਸਤ ਮਿਸ਼ਨ ਦੇ ਸਟੋਰ ਕੱਢੋਗੇ ਨਾ ਤੁਹਾਨੂੰ ਉਹ ਪਤਾ ਚੱਲ ਜਾਏਗਾ ਕਿ ਅੰਮ੍ਰਿਤਸਰ ਦੇ ਵਿੱਚ ਪੂਨਮ ਜੀ ਦਾ ਸਟੋਰ ਕਿੱਥੇ ਹੈ ਠੀਕ ਹੈ ਨਾ ਔਰ ਦੂਸਰਾ ਇਹ ਹੈ ਵੀ ਉਹ ਕਿਸਾਨ ਜਿਹੜੇ ਆ ਨਾ ਅਜੇ ਪੰਜਾਬ ਦੇ ਲੋਕੀ ਨਾ ਸੁੱਤੇ ਹੋਏ ਆ ਜਾਗੋ ਮਿੱਟੇ ਜੇ ਹੈ ਮੈਂ ਚਾਹੁੰਦੀ ਹਾਂ ਕਿ ਕਿਸਾਨ ਪੰਜਾਬ ਦੇ ਵੀ ਜਾਗਣ ਲੇਕਿਨ ਬਾਹਰ ਦੇ ਕਿਸਾਨ ਜਿਹੜੇ ਆ ਉਹ ਕਾਫੀ ਜਾਗ ਚੁੱਕੇ ਆ ਔਰ ਉਹਨਾਂ ਦੇ ਸਾਨੂੰ ਫੋਨ ਆ ਜਾਂਦੇ ਆ ਕਿ ਸਾਡੇ ਕੋਲ ਆਰਗੈਨਿਕ ਹੈ ਦੀਦੀ ਕਿਆ ਆਪ ਲੈਣਾ ਚਾਹਤੇ ਹੋ ਫਿਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਟਾਈ ਅਪ ਕਰਨੇ ਆ ਫਿਰ ਉਹ ਸਾਨੂੰ ਕੋਰੀਅਰ ਦੇ ਰਾਹੀਂ ਜਿਹੜਾ ਸਮਾਨ ਹੈ ਉਹ ਭੇਜ ਦਿੰਦੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਇਆ ਸਨ ਪੂਨਮ ਸ਼ਰਮਾ ਜੀ ਤੇ ਉਹਨਾਂ ਵੱਲੋਂ ਜਿਹੜਾ ਸਟੋਰ ਓਪਨ ਕੀਤਾ ਗਿਆ ਤੇ ਲੋਕਾਂ ਨੂੰ ਜੋ ਜਾਗਰੂਕ ਕਰਦੇ ਨੇ ਕਿ ਜੋ ਆਰਗੈਨਿਕ ਸਮਾਨ ਹੈਗਾ ਆ ਉਸਦੀ ਜ਼ਰੂਰ ਵਰਤੋਂ ਕਰੋ ਤੇ ਨਾਲ ਦੀ ਨਾਲ ਜੇਕਰ ਗੱਲ ਕਰ ਲਈਏ ਕਿ ਆਰਗੈਨਿਕ ਵੱਖ ਵੱਖ ਤਰੀਕੇ ਦੇ ਜੋ ਪਦਾਰਥ ਹੈਗੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸ਼ਰਮਾ ਜਗਬਾਣੀ ਟੀਵੀ ਅੰਮ੍ਰਿਤਸਰ